ਸੋਰਾ ਅੱਜ ਸਣੀ ਖੁਸ਼ੀ ਨਾਏ ਰਾਜ਼ ਗਿਆ ਅੱਜ ਮਾਸ਼ਲੀ ਬਸ ਖੁਸ਼ੀ ਖੁਸ਼ੀ ਹੈ ਜਨਾਬ ਅਲੀ ਮਾਲ ਜੜਾ ਆਂਦਾ ਸਾ ਜਾਇਜ਼ ਪੈਸੇ ਨਾਲ ਸਾਰਾ ਵੇਚੀ ਓੜਿਆ ਕੋਈ ਇਕਾ ਦੁਕਾ ਡੰਗਰ ਰਹਿਣਾ ਬਾਕੀ ਤਕਰੀਬਨ 60 70 ਮਾਲ ਵੇਚੀ ਓੜੇ ਤਕ ਤਕਰੀਬਨ 2 4 ਮਾਰ ਲੈਣੇ ਹੋਰ ਸਾਰੇ ਵਿਕੀ ਗਏ ਜੀ ਇਹ ਮਾੜੇ ਲਈ ਮਾਲ ਨੂੰ ਆ ਰਹੇ ਨੇ ਜਿਨ੍ਹਾਂ ਪੱਟੇ ਖਾਦੇ ਅਸਨ ਸੇਬਲ ਦੁੱਧ ਵਾਲੇ ਸਾਰੇ ਵਿਕੀ ਗਏ ਜੀ ਜਨਾਬ ਸੇਬਾਂ ਨਾਲ ਦਾਨ ਅੱਜ ਦਿੱਤਾ ਜਨਾਬ ਅਲੀ ਬੜੇ ਦੂਰੂ ਬੰਦੇ ਆਏ ਸੇ ਉਹਨਾਂ ਨੇ ਦਿੱਤਾ ਹਾਂ ਤਾਂ ਹੋਰ ਨਾ ਮਾਲ ਨਵਾਂ ਭਰਿਆ ਜੀ ਮਾਰੇ ਦੋਸਤੋ ਅਸਲਾਮ ਵਾਲੇਕੁਮ ਉਮੀਦ ਕਰਨਾ ਸਾਰੇ ਠੀਕ ਠਾਕ ਹੋ ਸੋ ਖੁਸ਼ ਬਾਸ਼ ਅਸਲ ਤਾਲਾ ਹਿਜ਼ ਇਮਾਨ ਚ ਸੋ ਐਸਾ ਕਿਸੇ ਨੂੰ ਪਤਾ ਆ ਇਹ ਦਿਹਾੜੇ ਮੰਡੀਆਂ ਤੇ ਵਪਾਰੀਆਂ ਨੇ ਜਿਹੜੇ ਡੇਰੇ ਨੇ ਉਹਨਾਂ ਪਰ ਕਾਫੀ ਰੈਸ਼ ਹੈ ਕਿਉਂਕਿ ਈਦ ਨੇ ਜਿਹੜੇ ਦਿਹਾੜੇ ਉਹ ਕੋਲ ਅਛੇ ਜਾਣੇ ਤੇ ਸਾਰੇ ਨਾਲ ਭਾਈ ਦੋਸਤਾਂ ਤੱਕ ਹੀ ਸਕਣਾ ਇਸ ਵੇਲੇ ਬੜੇ ਹੀ ਖੁਸ਼ ਹੈ ਤੇ ਬਾਕੀ ਵਪਾਰੀ ਜਿਹੜੇ ਨੇ ਉਹ ਰੋਣੇ ਪੇ ਇਹ ਬੜੇ ਖੁਸ਼ ਹੈ ਪਾਕਸ਼ਾ ਗਾਜੀ ਨਾਲ ਚਿੱਟੀ ਮਾਰੀ ਵੀ ਆ ਜਿਵੇਂ ਕਿ ਸਾਰੇ ਸਾਹਮਣੇ ਮੌਜੂਦ ਤੇ ਇਹਨਾਂ ਨੂੰ ਖੁਸ਼ੀ ਨਾਲ ਰਾਜ਼ ਅੱਜ ਕਹਿ ਇਹਨਾਂ ਨੂੰ ਪੁੱਛਨੇ ਆ ਸਭਾਂ ਤੋਂ ਪਹਿਲਾਂ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਜੀ ਜੀ ਮਾਰਾ ਪ੍ਰਾਸਾ ਦੱਸੋ ਨਾ ਅੱਜ ਸਾਡੀ ਖੁਸ਼ੀ ਨਾਲ ਇਹ ਰਾਜ਼ ਗਿਆ ਅੱਜ ਮਾਝਲੀ ਬਾਸ ਖੁਸ਼ੀ ਖੁਸ਼ੀ ਹੈ ਜਨਾਬ ਅਲੀ ਮਾਲ ਜੜਾ ਆਂਦਾ ਸਾ ਜਾਇਜ਼ ਪੈਸੇ ਨਾਲ ਸਾਰਾ ਵੇਚੀ ਓੜਿਆ ਕੋਈ ਇੱਕਾ ਦੁਕਾ ਡੰਗਰ ਰਹਿਣਾ ਬਾਕੀ ਤਕਰੀਬਨ 60 70 ਮਾਲ ਵੇਚੀ ਓੜੇ ਤਾਂ ਕੋਈ ਚਾਰ ਪੰਜ ਆਕ ਰਹਿਣੇ ਤੇ ਬਸ ਖੁਸ਼ੀ ਖੁਸ਼ੀ ਹੈ ਜੀ ਮੈਂ ਜਲਾ ਕੇ ਗਿਆ ਤੱਕਿਆ ਪਿਛਲੀ ਵਾਰ ਜਿਹੜਾ ਨਾ ਰੋਡਾਂ ਦੇ ਪਾਰ ਜਿਹੜਾ ਨਾ ਤਾਂ ਕਾਫੀ ਜਨਵਾਰ ਵੈਰਾ ਬੱਦੇ ਸਨ 10 ਤੋਂ 15 ਤੇ ਉਧਰ ਵੀ ਬੱਦੇ ਸਨ ਉਹ ਇਸਲਾਮ ਨਜ਼ਰ ਨਹੀਂ ਆਏ ਰਹੇ ਜੀ ਜੀ ਸਾਰੇ ਵੇਚੀ ਓੜੇ ਕੁਝ ਦਾ ਮਾਲ ਇਹ ਲੋਕਾਂ ਨਾਲ ਬੱਧਾ ਵੇਚੀ ਦੀ ਲੜਾ ਖਰਸਣ ਤੇ ਕੁਝ ਵੇਚੀ ਕਿਣੀਗੇ ਨਾਲ ਜਨਾਬ ਲਈ ਘਰ ਆਪਣੇ ਆ ਪਰਾ ਜਾਂ ਮਾਲ ਸਾਰਾ ਵਿਕੀ ਗਿਆ ਕੋਈ ਸੀ ਰਹਿ ਨਾ ਯਾਰ ਤਕਰੀਬਨ 2-4 ਮਾਰ ਲੈਣੇ ਹੋਰ ਸਾਰੇ ਵਿਕੀ ਗਏ ਜੀ ਇਹ ਮਾੜੇ ਮਾਲ ਨੂੰ ਆ ਰਹੇ ਨੇ ਜਿਨ੍ਹਾਂ ਪੱਟੇ ਖਾਦੇ ਅਸਨ ਸੇਬਲ ਦੁੱਧ ਵਾਲੇ ਸਾਰੇ ਵਿਕੀ ਗਏ ਜੀ ਜਨਾਬ ਸੇਬਾ ਨਾਲ ਦਾ ਜੇ ਦਿੱਤਾ ਜਨਾਬ ਅਲੀ ਬੜੇ ਦੂਰੂ ਬੰਦੇ ਆਏ ਸੇ ਉਹਨਾਂ ਨੇ ਦਿੱਤਾ ਹਾਂ ਤਾਂ ਹੋਰ ਨਾ ਮਾਲ ਨਵੇਂ ਭਰਿਆ ਕਿ ਸੰਡਾ ਨਵਾਂ ਆਂਦਾ ਜਨਾਬ ਅਲੀ ਤਾਂ ਹੋਰ ਦੋ ਤਰ੍ਹਾਂ ਦਾ ਦਾ ਨਵੇਂ ਆਂਦੇ ਤੇ ਕੋਈ ਲੋਕਾਂ ਮਤਲਬ ਰੇਟ ਹੋ ਜਾ ਉਸ ਨੂੰ ਮੰਗਿਆ ਉਹ ਦਿੱਤਾ ਨਾ ਜਾਂ ਉਸ ਨੂੰ ਕੱਟ ਬਣਾਇ ਕਰਵਾਇਆ ਜੀ ਆਸਾ ਮੰਗਣੇ ਜਨਾਬ ਜਾਇਜ਼ ਜਾਂ ਨਾਜਾਇਜ਼ ਮੰਗਣੇ ਕੋਣਾ ਬਿਲਕੁਲ ਜਿਹੜਾ ਜਾਈ ਜਾ ਮੰਗਣੇ ਆ ਲੋਕ ਦੇਈ ਤੇ ਲਗੇ ਜਾਣੇ ਸਾਰਿਆਂ ਨਾਲੂ ਪੂਰੇ ਸਪੂਰੀ ਤਸੀਰ ਡੜਿਆਲ ਫਰੀ ਕੀਨੋ ਸਾਰਾਂ ਵਾ ਰੇਟ ਸਭਾਂ ਨੂੰ ਮناسب ਜਿਹੜਾ ਮੌਸਮ ਨਵਾਂ ਆਂਦਾ ਆ ਤਾਂ ਉਸ ਨਾਲ ਕੋਈ ਅਜਿਹਾ ਵਿਜ਼ਿਟ ਵੀ ਕਰਾਸੋ ਕਿ ਚੈੱਕ ਕਰਾਸੋ ਬਿਲਕੁਲ ਜਨਾਬ ਚੈੱਕ ਕਰੋ ਨਾ ਸੰਡਾ ਆਂਦੇ ਆ ਨਵਾਂ ਉਹ ਠੀਕ ਨਵਾਂ ਆਂਦਾ ਅਗਲੇ ਓਂਟ ਵੇਚੀ ਓੜਿਆ ਇੱਥੇ ਹੀ ਉਹ ਦੇਈ ਓੜੇ ਸੰਡਾ ਆਂਦਾ ਕਿ ਤਕਰੀਬਨ ਦੋ ਤਰ੍ਹਾਂ ਦੇ ਦਾੰਦ ਨਵੇਂ ਆਂਦੇ ਚੈੱਕ ਸੋ ਕਰਾਣੇ ਆ ਇਹ ਲੋਕ ਮਾਲਕਾਰ ਕੀ ਨਹੀਂ ਖੰਨੇ ਬਾਜੀ ਜਗ੍ਹਾ ਨਹੀਂ ਹੋਣੀ ਨੇ ਲੋਕਾਂ ਨੇ ਬਾਜ਼ ਕੋਠੀਆਂ ਛੋਟੀਆਂ ਬਣਦੀਆਂ ਮਾਰਬਲ ਲਗਾਵਾ ਜਨਵਾਰ ਕਿ ਪੱਕੀ ਜਗ੍ਹਾ ਬੈ ਹੀ ਨਹੀਂ ਸਕਣੇ ਇੱਥੇ ਅਸਾਂ ਉਹਨਾਂ ਨੂੰ ਸਦਰਾ ਖਿਦਮਤ ਕਰਨੇ ਜਿਹੜਾ ਸਾਡੇ ਕੋ ਪਹਿਲੇ ਸੀ ਘਰ ਉਸ ਤੋਂ ਜ਼ਿਆਦਾ ਮਤਲਬ ਕਾਰਪਟ ਸ਼ਾਰਪਟ ਰੱਖੇ ਲਾਇ ਹੋਣੇ ਉਸ ਜ਼ਿਆਦਾ ਹੋ ਸਕਣਾ ਨਹੀਂ ਜੀ ਨਹੀਂ ਹੋਈ ਸਕਣੇ ਪੱਕੀ ਜਗ੍ਹਾ ਇੱਥੇ ਅਸਾਂ ਇਹਨਾਂ ਦਾ ਕੱਚੀ ਜਗ੍ਹਾ ਰੱਖੀ ਹੋਈ ਤੇ ਫਰੈਸ਼ ਕਰਨ ਵਾਲੇ ਆ ਸਵੇਰ ਸ਼ਾਮ ਉਹ ਜੇ ਕਾਰਪਟ ਬੈਣੇ ਕੱਚੀ ਜਗ੍ਹਾ ਬੈਣੇ ਜੀ ਆਹ ਕੱਚੀ ਜਗ੍ਹਾ ਪਰ ਜੁੜਾ ਹੋਣਾ ਗਿਆ ਕੋਈ ਡੰਗਾ ਸ਼ੰਗੜ ਤੱਕ ਚੌਧਰੀ ਜਨਾਬ ਤੱਕ ਹੋਣਾ ਜੀ ਮਾਰੇ ਦੋਸਤੋ ਸੁਣ ਤੱਕ ਹੀ ਸਕਨੇ ਹੋ ਇੱਕ ਖੂਬਸੂਰਤ ਜਨਵਰ ਹੈ ਬਹੁਤ ਹੀ ਖੂਬਸੂਰਤ ਜਨਵਰ ਵਾਈਟ ਕਲਰ ਚ ਹੈ ਚਿੱਟੇ ਕਲੋੜੀ ਬਿਲਕੁਲ ਮੱਖਣ ਨੇ ਤਰ੍ਹਾਂ ਤਾਂ ਇਸ ਜਨਵਰ ਨੇ ਬੜੀ ਕਾ ਬਾਸ ਉਸੋ ਇਹ ਜਨਵਰ ਜਨਾਬ ਆਸਾਂ ਮੰਡੀ ਚ ਬੜੀ ਸ਼ੌਕ ਨਾਲ ਲਾਂਦਾ ਆ ਤੇ ਇਸ ਕੀ ਵੀ ਜਨਾਬ ਅਲੀ ਕੋ ਦੁੱਧ ਦੇਣੇ ਆ 2 ਕਿਲੋ ਸਵੇਰ 2 ਕਿਲੋ ਸ਼ਾਮ ਤੇ ਇਹ ਬੜਾ ਲਾਡਰਾ ਜਿਹਾ ਰੱਖਿਆ ਤੇ ਕੀਮਤ ਵੀ ਇਸਨੀ ਬਹੁਤ ਮناسب ਵੀ ਜਾਇਜ਼ ਕੀ ਕੀਮਤ ਹੈ ਇਸਨੀ ਕੀਮਤ ਜਨਾਬ ਇਸਨੀ 1 ਲੱਖ ਤਾਂ ਹੈ 50000 ਰੁਪਿਆ 1 ਲੱਖ ਤਾਂ ਹੈ ਹਾਂ ਅਗਰ ਕੈਮਰਾਮੈਨ ਮਾਰੇ ਦੱਸਣ ਜਨਵਰ ਚੈੱਕ ਕਰੋ ਤਾਂ ਬਿਲਕੁਲ ਹੀ ਜਿਹੜਾ ਹੈ ਨਾ ਮੱਖਣ ਨਿੱਤਰਾ ਚਿੱਟਾ ਤਾਂ ਪਤਾ ਲੱਗਣਾ ਵਾ ਕਿ ਇਸ ਮੱਖਣ ਦਾ ਦੁੱਧ ਪੀਤਾ ਤੇ ਜੇ ਬੁਝਿਆ ਕੋਈ ਕਾਲਾ ਸੀ ਮੱਖਣ ਦੁੱਧ ਪੀਣਾ ਰਿਹਾ ਉਸ ਦੀ ਵਜ੍ਹਾ ਸੂਜ ਜ਼ਿਆਦਾ ਚਿੱਟਾ ਹੋਇਆ ਜੀ ਇਹ ਜੀ ਬਾਸ ਉਹ ਤਾਂ ਸਾਨੂੰ ਪਤਾ ਹੈ ਨਾ ਦੁੱਧ ਕੀ ਉਹਦੇ ਦੇਣੇ ਰਹਿਣੇ ਉਹ ਤਾਂ ਬੜੀ ਖਿਦਮਤ ਕਰਨੇ ਮਾ ਲੈਣੀ ਫਤਿਹ ਜੰਗ ਵਿੱਚ ਜੀ ਬਿਲਕੁਲ ਬਾਕੀ ਹੋਰ ਵੀ ਜਨਵਰ ਹੈ ਅਸਾਂ ਛੋਟੇ ਕੱਟੇ ਕੋਈ ਮੌਜੂਦ ਹੈ ਇਸਨੇ ਬਾੜੀ ਜੀ ਮਾਲ ਮਾਲ ਕਰਨੇ ਆ ਕਹ ਬਣੇ ਉਸ ਕੱਟੇ ਨੇ ਬਾੜੀ ਕਾ ਰੇਟ ਹੈ ਇਸਨੇ ਇਸਨਾਂ ਜਨਾਬ 2.5 ਲੱਖ ਰੁਪਇਆ ਆ 2.5 ਲੱਖ ਜੀ ਤੇ ਕਿ ਬਹਿਰੀਆਂ ਤੋਂ ਸਸਤੇ ਹੋਣੇ ਆ ਕਹ ਕਹ ਵਜਾ ਕਿਰੋ ਇਸ ਤਰ੍ਹਾਂ ਵਜ਼ਨ ਬਵਾਂ ਤੇ ਕਿਰੋ 12 ਮਾਨਿਸ ਨਾਲ ਵਜ਼ਨ ਆ ਜਨਾਬ ਮਤਲਬ 12 ਵਜ਼ਨ ਆਇਆ ਤਾਂ ਪਰ ਇਸ ਨਾਲ ਦਾਨ ਤੱਕ ਹੋ ਗਈ ਚਾਰ ਪੰਜ ਮਾਨ ਹੋਇਆ ਤਾਂ ਉਹ ਵੀ 2.5 ਲੱਖਣਾ ਕਹ ਕਹ ਵਜਾ ਮਤ ਹੋਰੀ ਸੰਡੇ ਨਹੀਂ ਹੋਰੀ ਜਨਾਬ ਤੇ ਕਹ ਇਸ 12 ਮਨ ਵਜ਼ਨ ਹੈ ਕੈਮਰਾਮੈਨ ਜਾਨ ਮਾਈ ਤੋਂ ਦਸਨ ਕਾਫੀ ਤਗੜਾ ਜਿਹੜਾ ਜਨਵਰ ਹੈ ਤੇ ਇਸ ਨੇ ਅਗਰ ਕੋਈ ਕੁਰਬਾਨੀ ਕਰਾਇਆ ਤਾਂ ਮਾਸ਼ਾਅੱਲਾ ਇਸੀ ਜਾ ਗੋਸ਼ ਨਿਕਲਸੀ ਆ ਨਾ ਬਹੁਤ ਹੀ ਗੋਸ਼ ਨਿਕਲਸੀ ਆ ਤਾਂ ਬਾਕੀ ਨਾਲ ਜੁਲਨੇ ਅੱਗੇ ਆ ਸੰਗੀ ਹੋਰ ਜਨਵਾਰ ਵਗੈਰਾ ਚੈੱਕ ਕਰਾਣੇ ਜਿਹੜੇ ਅੱਜ ਨਵੇਂ ਆਏ ਉਂਠ ਚੈੱਕ ਕਰੋ ਅਗੇ ਸੌਂਟ ਪਿਛਲੀ ਵਾਰ ਇਹ ਵੀਡੀਓ ਤੱਕ ਇਸਨਾ ਉਂਠ ਹੋ ਦੋ ਸੰਤ ਪਰ ਉਹ ਵਿਕੀ ਗਏ ਇਹ ਨਿਆ ਉਂਠ ਆ ਕਦੋਂ ਆਇਆ ਇਹ ਕਾ ਉਂਠ ਇਹ ਉਹ ਕਾਲੀ ਜਨਾਬ ਆਂਦਾ ਤੇ ਜਿਹੜਾ ਇਹ ਉਂਠ ਆਂਦਾ ਨੇ ਕੈਸੀ ਚਾਂਦਾ ਨੇ ਇਹ ਸ਼ਾਜ਼ੋਰ ਹੀ ਚਾਂਦਾ ਜਨਾਬ ਤੇ ਇਸ ਉਂਠ ਨਾਲ ਕੀ ਰੇਟ ਹੈ ਇਸਨਾ 4 ਲੱਖ ਰੁਪਈਆ 4 ਲੱਖ ਤੇ ਇੱਕ ਜਵਾਨ ਹੈ ਬਿਲਕੁਲ ਦਵੰਦਾ ਹੈ ਜਨਾਬ ਅਲੀ ਕਿਆ ਉਮਰ ਉਸ ਜਿਆਸ ਨਹੀਂ ਉਮਰ 5 ਸਾਲੀ ਸਾਢੇ 5 ਸਾਲ ਪੰਜਾਂ ਸਾਲਾਂ ਨੇ ਦਵੰਦਾ ਲਗਣਾ ਬਾਕੀ ਤੁਸਣ ਇਸ ਡੇਰੇ ਪਰ ਕੱਟੇ ਵੀ ਤੱਕੇ ਦਾਂਦ ਵੀ ਤੱਕੇ ਤਾਂ ਊਂਟ ਹੀ ਤੱਕੇ ਕੋਈ ਬੱਕਰੇ ਨਜ਼ਰ ਨਹੀਂ ਆਏ ਬੱਕਰੇ ਆਸਾਂ ਕੋਣ ਆਣੇ ਜੀ ਬਾਸੀ ਆ ਊਂਟ ਤਾਂ ਦਾਂਦ ਆਣੇ ਬੱਕਰੀ ਸ਼ਕਰੇ ਕੋਈ ਨਹੀਂ ਬੱਕਰੀਆਂ ਨਹੀਂ ਕਿਆ ਵਜਾ ਕਿਆ ਨਾ ਆਣੇ ਨਹੀਂ ਕਿਆ ਵਜਾ ਬਸ ਨਹੀਂ ਜੀ ਬੱਕਰੇ ਨਹੀਂ ਆਸਾਨੀ ਕਿਦਾ ਵਪਾਰ ਕੀਤਾ ਹੀ ਨਹੀਂ ਬੱਕਰੇ ਆਣਾ ਆਨੇ ਬੱਕਰੇ ਵੀ ਲੱਖਿਆ ਨੇ ਤਾਂ ਦਾਂਦ ਵੀ ਲੱਖਿਆ ਨੇ ਤਾਂ ਬੇਤਰਾ ਦਾਂਦ ਦੀ ਚੀਕ ਨੂੰ ਜੀ ਹਾਂ ਦਾਂ ਠੀਕ ਹੈ ਨਾ ਤੇ ਬਾਕੀ ਹੋਰ ਕੋਈ ਜਨਵਰ ਹੈ ਨਵੇਂ ਜਿਹੜੇ ਸੌਣ ਦੇ ਆ ਦੋ ਸੰਡੇ ਹੋਰ ਵੀ ਹੈ ਨਵੇਂ ਜੀ ਛੋਟ ਉਹ ਤਗੜੇ ਆ ਜਾਂ ਛੋਟੇ ਵੀ ਤਗੜੇ ਜਨਾਬ ਸੋ ਤੱਕੇ ਜਨਵਰ ਸਨ ਬੜੇ ਸਨ ਜਨਵਰ ਤਾਂ ਹੁਣ ਜਨਵਰ ਥੋੜੇ ਛੋਟੇ ਸਾਈਜ਼ ਇਤੈਨਾਂ ਨੇ ਰੇਟ ਵਹਰਾ ਪੁੱਛਨੇ ਇਨਾਂ ਕੋਲ ਚਾ ਰੇਟ ਐ ਸਿਦਕਾ ਇਹ ਜਨਾਬ ਸਸਤੇ ਇਸ ਜਾਂ ਰੇਟ 1 ਲੱਖ 52000 ਰੁਪਿਆ ਉਹਨਾਂ ਦਾ ਰੇਟ 1 ਲੱਖ 30000 ਰੁਪਿਆ ਇਨਾਂ ਸਾਈਜ਼ ਦੇ لحاظ ਨਾਲ ਰੇਟ ਸਸਤੇ ਆ ਜੀ ਹਾਂ ਸਾਈਜ਼ ਦੇ لحاظ ਨਾਲ ਬਾਕੀ ਮੜਹਲੇ ਦੇ ਸਾਰੇ ਜਨਵਰੀ ਇਹ ਆ ਇਹ ਬਾਕੀ ਦੇ ਜਨਵਰ ਮੈਂ ਤੱਕੇ ਸਾਰੇ ਵਿਕੀ ਗਏ ਬਿਲਕੁਲ ਜਨਾਬ ਸਾਰੇ ਦੇ ਹੀ ਹੋੜੇ ਨਾਲ ਮੈਂ ਪੁੱਛਿਆ ਕਿ ਤੁਸੀਂ ਬੜੀਆਂ ਲੋਕਾਂ ਅਪਰੋਚ ਕੀਤੀ ਆ ਅਪਰੋਪਰ ਬਿਲਕੁਲ ਜਨਾਬ ਤੋਂ ਨਾਲੇ ਮਸ਼ਹੂਰ ਹੋ ਗਿਓ ਬਿਲਕੁਲ ਜਨਾਬ ਰਾਸਾ ਮਾਲ ਆਂਦਾ ਦਿੱਤਾ ਵੀ ਵਾਰਿਆਂ ਨਾਲਾ ਨਾ ਜਾਇਜ਼ ਪੈਸੇ ਕੋਣੀ ਕਿੰਦੇ ਜਾਇਜ਼ ਜਾਇਜ਼ ਪੈਸੇ ਕਿੰਦੇ ਤਾਂ ਮਾਲ ਇਨਸ਼ਾਅੱਲਾ ਸਾਰਾ ਸਾਰਾ ਹੀ ਵਿਕ ਗਿਆ ਜੀ ਦੋਸਤੋ ਇਸ ਸਮੇਂ ਤੱਕ ਇਹ ਅੱਜ ਨੇ ਬੈਲ ਵੀ ਤੱਕੇ ਸੋ ਉਹਨਾਂ ਨੇ ਰੇਟ ਵੀ ਤੱਕੇ ਤਾਂ ਜਣੀ ਵੀਡੀਓ ਜਮ ਬਣਾਉਣ ਦਾ ਮਕਸਦ ਹੀ ਐ ਸੀ ਕਿ ਦੱਸਣਾ ਸੀ ਕਿ ਇਹਨਾਂ ਦੇ ਜਿਹੜੇ ਜਨਵਾਰ ਸਾੜੇ ਨਾਲ ਉਹ ਵਿਕੀ ਕਿਆ ਕਿਹਾਂ ਵਿਕੇ ਇਹਨਾਂ ਦੇ ਜਿਹੜੇ ਰੇਟਸ ਨੇ ਉਹ ਮਨਾਸਬ ਹਸਨ ਤਾਂ ਸਣੀ ਖਿਦਮਤ ਇਸ ਤਰ੍ਹਾਂ ਨੇ ਨੇ ਵੀਡੀਓ ਕਿਹਨਤਾ ਹਜ਼ਰੋਣ ਇਸ ਤੱਕ ਤੱਕ ਦਿਓ ਇਜਾਜ਼ਤ ਫੀ ਇਮਾਨ ਲਾ